ਆ ਬਹਿ ਜਾ ਕੋਲ ਮੇਰੇ, ਤੈਨੂੰ ਦੱਸਾਂ ਖੋਲ ਕਹਾਣੀ। ਸਦੀਆਂ ਤੋਂ ਆਉਂਦੀ ਹੈ ਮੇਰੀ ਗਾਥਾ ਬੜੀ ਪੁਰਾਣੀ, ਮੈਂ ਨਿਸ਼ਾਨਾ ਇੱਜ਼ਤ ਦੀ, ਲੋਕੀ ਰੱਖਣ ਸਾਂਭ ਉਚੇਰੀ, ਸਿੱਖਾਂ ਭੁੱਲ ਨਾ ਜਾਵੀਂ, ਮੈਂ ਦਸਤਾਰ ਬੋਲਦੀ ਤੇਰੀ। ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਮਨੀਸ਼ਾ ਠਾਕੁਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਮੈਂ ਹੁਣੀ ਦਸਤਾਰ ਲਈ ਕੁਝ ਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ, ਐਸੇ ਦਸਤਾਰ ਨੂੰ ਹੋਰ ਕਰੀਬੀ ਦੇ ਨਾਲ ਜਾਣਨ ਦੇ ਲਈ ਤੁਹਾਨੂੰ ਲੈ ਚੱਲਦੇ ਹਾਂ ਰਾਜਪੁਰਾ, ਜਿੱਥੇ ਕਰਵਾਇਆ ਗਿਆ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ USA ਅਤੇ ਟਰਬਨ ਡੇ ਇਨਕਾਰਪੋਰੇਸ਼ਨ ਦੇ ਸਹਿਯੋਗ ਨਾਲ ਦਸਤਾਰ ਏ ਖਾਲਸਾ ਵੱਲੋਂ ਦਸਤਾਰ ਮੁਕਾਬਲਾ। ਕੀ ਹੈ ਇਹ ਮੁਕਾਬਲਾ, ਕਿਸ ਦੇ ਵੱਲੋਂ ਕਰਵਾਇਆ ਗਿਆ ਤੇ ਕਿਸ ਉਦੇਸ਼ ਦੇ ਨਾਲ ਕਰਵਾਇਆ ਗਿਆ, ਅੱਗੇ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਮੁਕਾਬਲੇ ਦੀ ਇੱਕ ਛੋਟੀ ਜਿਹੀ ਝਲਕ। ਜਿਵੇਂ ਕਿ ਤੁਸੀਂ ਦੇਖਿਆ, ਨਿੱਕੇ ਬੱਚਿਆਂ ਤੋਂ ਲੈ ਕੇ ਵੱਡਿਆਂ ਨੇ ਵੀ ਇਸ ਮੁਕਾਬਲੇ 'ਚ ਹਿੱਸਾ ਲਿਆ, ਉੱਥੇ ਮਹਾਨ ਸ਼ਖਸੀਅਤਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ। ਦੱਸ ਦਈਏ, ਇਹ ਦਸਤਾਰ ਖਾਲਸਾ ਕਲੱਬ ਰਾਜਪੁਰਾ ਕੈਲੀਫੋਰਨੀਆ ਵੱਲੋਂ ਨੌਜਵਾਨਾਂ ਨੂੰ ਸਿੱਖੀ ਦੀ ਅਮੀਰ ਵਿਰਾਸਤ ਦੇ ਨਾਲ ਜੋੜੇ ਰੱਖਣ ਦੇ ਲਈ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਕਰਦੇ ਹੋਏ 31 ਮਾਰਚ 2024 ਨੂੰ ਦਸਤਾਰ ਮੁਕਾਬਲਾ ਝੰਡਾ ਗਰਾਊਂਡ ਰਾਜਪੁਰਾ ਟਾਊਨ ਵਿਖੇ ਕਰਵਾਇਆ ਗਿਆ ਤੇ ਇਹ ਦਸਤਾਰ ਮੁਕਾਬਲੇ ਦੇ ਵਿੱਚ ਦਸਤਾਰ, ਦੁਮਾਲੇ, ਲੰਬੇ ਕੇਸਾਂ, ਦਾੜੇ ਅਤੇ ਬਿਨਾਂ ਸ਼ੀਸ਼ੇ ਤੋਂ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਨੇ। ਦਸਤਾਰ ਖਾਲਸਾ ਕਲੱਬ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਦਸਤਾਰ ਮੁਕਾਬਲੇ ਨੂੰ 2 ਗਰੁੱਪ ਯਾਨੀ 8-15 ਅਤੇ 16-25 ਵਿੱਚ ਵੰਡਿਆ ਗਿਆ, ਜੋ ਤੇ ਜਿੱਤਣ ਵਾਲੇ ਸੀਨੀਅਰ ਗਰੁੱਪ ਦੇ ਲਈ ਪਹਿਲਾ ਇਨਾਮ 31,000, ਦੂਜਾ ਇਨਾਮ 21,000 ਤੇ ਤੀਜਾ ਇਨਾਮ 11,000 ਰੱਖਿਆ ਗਿਆ। ਉੱਥੇ ਜੂਨੀਅਰ ਗਰੁੱਪ ਦੇ ਲਈ ਪਹਿਲਾ ਇਨਾਮ 21,000, ਦੂਜਾ ਇਨਾਮ 11,000 ਤੇ ਤੀਜਾ ਇਨਾਮ 5,500 ਦਾ ਦਿੱਤਾ ਗਿਆ। ਇੰਨਾ ਹੀ ਨਹੀਂ, ਉਹਨਾਂ ਵੱਲੋਂ ਦੂਰ ਤੋਂ ਆਉਣ ਵਾਲੇ ਨੌਜਵਾਨ ਵੀਰਾਂ ਤੇ ਭੈਣਾਂ ਦੇ ਲਈ ਰਹਿਣ ਦਾ ਖਾਸ ਪ੍ਰਬੰਧ ਵੀ ਇਸ ਪ੍ਰੋਗਰਾਮ ਦੇ ਦੌਰਾਨ ਕੀਤਾ ਗਿਆ। ਇੱਥੇ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਤੇ ਜੇਤੂ ਰਹੇ ਬੱਚੇ ਤੇ ਨੌਜਵਾਨਾਂ ਦਾ ਨਾਮ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ। ਦਰਅਸਲ ਇਹ ਪ੍ਰੋਗਰਾਮ ਸਿੱਖ ਨੌਜਵਾਨ ਪੀੜ੍ਹੀ ਨੂੰ ਸਿੱਖ, ਸਿੱਖੀ ਅਤੇ ਸਿੱਖਿਅਤ ਨਾਲ ਜੋੜਨ ਦੇ ਲਈ ਸ਼ੁਰੂ ਕੀਤਾ ਗਿਆ। ਉੱਥੇ ਦੱਸ ਦਈਏ ਕਿ ਇਸ ਦਸਤਾਰ ਮੁਕਾਬਲੇ ਦੇ ਵਿੱਚ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇ CEO ਗੁਰਮੀਤ ਸਿੰਘ, ਮੈਨੇਜਿੰਗ ਡਾਇਰੈਕਟਰ ਗੁਰਸੇਵਕ ਸਿੰਘ ਸਮੇਤ ਸਾਰੀ ਟੀਮ ਨੇ ਵੀ ਸ਼ਮੂਲੀਅਤ ਕੀਤੀ ਹੈ, ਜਿੱਥੇ ਸਾਡੀ ਟੀਮ ਨੂੰ ਵਿਸ਼ੇਸ਼ ਸਨਮਾਨ ਮਿਲਿਆ। ਉੱਥੇ ਸਾਡੀ ਟੀਮ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ ਕਰਦਿਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ, ਜੋ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ। ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਦਿਖਾਉਣ ਵਾਸਤੇ ਇੱਥੇ ਪਹੁੰਚੇ ਹੋ, ਤੁਹਾਨੂੰ ਸਾਰੇ ਸਟਾਫ ਵੱਲੋਂ, ਦਾਸ ਵੱਲੋਂ,
ਜੀ ਆਇਓ ਵੀਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜਿਹੜਾ ਇਹ ਪ੍ਰੋਗਰਾਮ ਹੈ ਇਹ ਆਪਣੇ ਆਪ 'ਚ ਵਿਲੱਖਣ ਹੈ ਕਿਉਂਕਿ ਆਪਣਾ ਪੰਜਾਬ ਦੇ ਵੀਰ ਗੁਰਮੀਤ ਸਿੰਘ ਜੀ ਨਾ ਕੇਵਲ ਇੱਥੇ ਹੀ ਸਰਗਰਮ ਹੈ ਬਲਕਿ ਨਿਊਯਾਰਕ ਵਿੱਚ ਹੀ ਇਹਨਾਂ ਦੀਆਂ ਸੇਵਾਵਾਂ ਰਾਹੀਂ ਅਸੀਂ ਪੂਰੇ ਪੰਜਾਬ ਅਤੇ ਇੰਡੀਆ ਦੇ ਵਿੱਚ ਨਿਊਯਾਰਕ ਦੇ ਵਿੱਚ ਪੂਰੇ ਅਮੈਰੀਕਾ 'ਚ ਪ੍ਰਚਾਰ ਪ੍ਰੋਗਰਾਮ ਦੇਖਦੇ ਰਹੇ ਹਾਂ। ਇੱਥੇ ਜਿਹੜਾ ਪ੍ਰੋਗਰਾਮ ਹੋ ਰਿਹਾ ਉਹਦਾ ਇੱਕ ਵਿਸ਼ੇਸ਼ ਮਕਸਦ ਹੈ ਬੱਚਿਆਂ ਨੂੰ ਸਿੱਖੀ ਦੇ ਸਰੂਪ ਦੇ ਨਾਲ ਜੋੜਨਾ। ਇੱਥੋਂ ਸੰਗਤ ਵਿੱਚ ਹੋ ਰਹੇ ਹਨ ਅਤੇ ਵੀਰ ਲਖਵਿੰਦਰ ਸਿੰਘ ਜੀ ਨੇ ਅਮਰੀਕਾ ਤੋਂ ਆ ਕੇ ਇੱਥੇ ਜੋ ਸੋਹਣਾ ਸਵਾਗਤ ਸਜਾਇਆ ਹੈ ਇਸ ਦੀ ਸ਼ਾਨ ਅਦੁੱਤੀ ਹੈ ਅਤੇ ਸਤਿਗੁਰੂ ਜੀ ਦੀ ਸਿੱਖ ਨੂੰ ਦਿੱਤੀ ਹੋਈ ਨਿਰਾਲੀ ਸਰੂਪ ਦੀ ਜੋ ਸੰਸਾਰ ਭਰ ਵਿੱਚ ਪ੍ਰਸਿੱਧੀ ਹੋਈ ਹੈ ਉਹ ਖਾਲਸੇ ਦੀ ਦਸਤਾਰ ਕਰਕੇ ਹੀ ਹੈ। ਕਿਸੇ ਇਨਸਾਨ ਨੂੰ ਜਾਂ ਉਸਦੀ ਸ਼ਖਸੀਅਤ ਨੂੰ ਜੇ ਤੁਸੀਂ ਜਾਣਨਾ ਚਾਹੋ ਤਾਂ ਉਸਦੀ ਦਸਤਾਰ ਉਸਦੀ ਰਫ਼ਤਾਰ ਅਤੇ ਉਸਦੀ ਗੁਫ਼ਤਾਰ ਤੋਂ ਪਤਾ ਕਰ ਸਕਦੇ ਹੋ। ਮੁੱਖ ਮਹਿਮਾਨ ਵਜੋਂ SGPC ਸਕੱਤਰ ਪਰਮਜੀਤ ਸਿੰਘ ਸਰੋਆ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਦੇ ਪੋਲੀਟੀਕਲ ਸੈਕਟਰੀ ਸਰਦਾਰ ਚਰਨਜੀਤ ਸਿੰਘ ਬਰਾੜ ਵੀ ਇਸ ਖਾਸ ਮੌਕੇ ਤੇ ਮੌਜੂਦ ਰਹੇ ਜਿੱਥੇ ਗੱਲਬਾਤ ਕਰਦਿਆਂ ਇਹਨਾਂ ਨੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸਤਿ ਸ਼੍ਰੀ ਅਕਾਲ ਸਰ, ਕੀ ਕਹਿਣਾ ਚਾਹੋਗੇ ਇਸ ਸਮਾਗਮ ਦੇ ਬਾਰੇ, ਇਸ ਜਿਹੜਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਦਸਤਾਰ ਏ ਖਾਲਸਾ ਦਸਤਾਰ ਜਿਹੜੀ ਸਿੱਖ ਦੇ ਸਿਰ ਤੇ ਸਜਾਈ ਜਾਏਗੀ, ਇੰਨੇ ਲੋਕੀ ਕੰਪੀਟੀਸ਼ਨ ਕਰ ਰਹੇ ਨੇ ਅੱਜ ਤੇ ਇਹ ਜਿਹੜਾ ਮਹਾਨ ਉਪਰਾਲਾ ਕਰਵਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਲਈ ਹਰ ਸਿੱਖ, ਹਰ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿੰਨੀਆਂ ਵੀ ਜਥੇਬੰਦੀਆਂ ਨੇ ਆਪਣੇ ਪੱਧਰ ਲਈ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਯਤਨ ਕਰਦੀਆਂ ਨੇ ਔਰ ਜੋ ਦਸਤਾਰ ਦਾ ਪ੍ਰਚਾਰ ਪ੍ਰਸਾਰ ਹੈ ਇਹ ਪਿਛਲੇ 15-20 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਔਰ ਸੰਸਥਾਵਾਂ ਵੀ ਨਿੱਜੀ ਤੌਰ 'ਤੇ ਕਰ ਰਹੀਆਂ ਹੈ ਕਿਉਂਕਿ ਇੱਕ ਖੋਜ ਮੁਤਾਬਕ ਜਿਹੜੇ ਨੌਜਵਾਨਾਂ 'ਚ ਪੱਤ ਪੁਰਾਣੇ ਦੀ ਲਹਿਰ ਸੀ ਉਹ ਇਸ ਲਈ ਫੈਲਦੀ ਜਾ ਰਹੀ ਸੀ ਕਿਉਂਕਿ ਉਹਨਾਂ ਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ ਸੀ। ਇਸ ਕਰਕੇ ਇਹਨਾਂ ਨੂੰ ਦਸਤਾਰ ਸਜਾਉਣ ਦੇ ਸੋਹਣੀ ਸੋਹਣ ਵਾਲੇ ਮੁਕਾਬਲੇ ਸ਼ੁਰੂ ਕੀਤੇ ਗਏ ਔਰ ਮੈਨੂੰ ਅੱਜ ਬੜੀ ਵੱਡੀ ਖੁਸ਼ੀ ਆ। ਸਤਿ ਸ਼੍ਰੀ ਅਕਾਲ ਜੀ, ਲੇਖ ਸਰ ਕੀ ਕਹਿਣਾ ਚਾਹੋਗੇ ਜਿਹੜਾ ਦਸਤਾਰ ਮੁਕਾਬਲਾ ਜਿਹੜਾ ਅੱਜ ਕਰਵਾਇਆ ਜਾ ਰਿਹਾ ਰਾਜਪੁਰੇ ਦੇ ਵਿੱਚ? ਮੈਂ ਧੰਨਵਾਦ ਕਰੂੰਗਾ ਸਮੁੱਚੀ ਜਿਹੜੀ ਇਹ ਟੀਮ ਲੱਗੀ ਹੋਈ ਹੈ ਕੈਲੀਫੋਰਨੀਆ ਤੋਂ ਜਿਹੜੇ ਸਾਡੇ ਸੁਖਵਿੰਦਰ ਵੀਰ ਜੀ ਆਏ ਹੋਏ ਹੈ, ਗੜੀ ਸਾਹਿਬ ਸਾਡੇ SGPC ਦੇ ਮੈਂਬਰ ਹੈ ਲੋਕਲ, ਇਹਨਾਂ ਦੀ ਸਰਪ੍ਰਸਤੀ ਥੱਲੇ ਜਿੰਨੇ ਵੀ ਨੌਜਵਾਨ ਵੀਰ ਨੇ ਜਿਨ੍ਹਾਂ ਨੇ ਦਸਤਾਰ ਨੂੰ ਜਿਹੜਾ ਹੈਗਾ ਉੱਚਾ ਚੁੱਕਣ ਲਈ, ਦਸਤਾਰ ਦੀ ਸ਼ਾਨ ਬਹਾਲ ਕਰਨ ਲਈ ਬਹੁਤ ਵੱਡਾ ਸਮਾਗਮ ਕਰਾਇਆ, ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਕਿਉਂਕਿ ਗੁਰੂ ਸਾਹਿਬਾਨ ਨੇ ਸਾਡੇ ਜਿਹੜਾ ਪਰਿਵਾਰ ਸਰਬੰਸ ਇਸੇ ਕਰਕੇ ਵਾਰਿਆ ਸੀ ਕਿ ਜਿਹੜੀ ਸਾਡੀ ਪੱਗ ਹੈ, ਦਸਤਾਰ ਆ, ਜਿਹੜੀ ਸਾਡੀ ਸਿੱਖੀ ਹੈ ਉਹਨੂੰ ਕਾਇਮ ਅਤੇ ਬਹਾਲ ਰੱਖਿਆ ਜਾਵੇ। ਕਿਤੇ ਨਾ ਕਿਤੇ ਸਾਡੀ ਨੌਜਵਾਨ ਪੀੜ੍ਹੀ ਅੱਜ ਦੀ ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਲਈ, ਕਿ ਆਪਣੇ ਆਪ ਨੂੰ ਦਿੱਖ ਬਦਲਣ ਦੇ ਲਈ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ, ਇਹੋ ਜਿਹੇ ਉਪਰਾਲਿਆਂ ਨਾਲ ਮੈਂ ਸਮਝਦਾ ਕਿ ਸਿੱਖੀ ਦੇ ਨੌਜਵਾਨ ਜਿਹੜੇ ਆ ਨੇੜੇ ਆਉਣਗੇ ਔਰ ਸਾਡੀ ਦਸਤਾਰ ਜਿਹੜੀ ਹੈ ਜਿੱਥੇ ਇੱਕ ਅਸੀਂ ਗੁਰੂ ਸਾਹਿਬ ਨੇ ਬਖਸ਼ੀ ਹੋਣ ਕਰਕੇ ਅਸੀਂ ਬੰਨਦੇ ਹਾਂ ਉੱਥੇ ਨੌਜਵਾਨ ਜਿਹੜੇ ਸਾਡੇ ਬੱਚੇ ਹੈ ਉਹ ਸ਼ੌਕ ਨਾਲ ਇਹਨੂੰ ਹੋਰ ਸੁੰਦਰਤਾ ਤਰੀਕੇ ਨਾਲ ਬੰਨਣ ਜਿਹੜਾ ਸਿੱਖਣਗੇ ਔਰ ਬੰਨਣਗੇ। ਸੰਤ ਬਾਬਾ ਅਰਜਨ ਸਿੰਘ ਜੀ, ਡੇਰਾ ਬਾਬਾ ਰੱਬ ਜੀ, ਪਿੰਡ ਆਲਮਪੁਰ ਵੀ ਪਟਿਆਲੇ ਤੋਂ ਇਸ ਦਸਤਾਰ ਮੁਕਾਬਲੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਸਹਿਯੋਗ ਰਿਹਾ ਹੈ।
ਤੇ ਹੁਣ ਗੱਲ ਕਰਦੇ ਹਾਂ ਇਹ ਵਿਸ਼ੇਸ਼ ਉਪਰਾਲਾ ਜਿਨ੍ਹਾਂ ਵੱਲੋਂ ਕਰਵਾਇਆ ਗਿਆ ਹੈ। ਉਹ ਨੇ 2011 ਦੇ ਵਿੱਚ ਡਿਕਸੀ ਗੁਰਦੁਆਰਾ ਸਾਹਿਬ ਕੈਨੇਡਾ ਦੇ ਵਿੱਚ ਦਸਤਾਰ ਮੁਕਾਬਲਾ ਵਿਨਰ ਰਹਿ ਚੁੱਕੇ ਲਖਵਿੰਦਰ ਸਿੰਘ USA, ਜਥੇਦਾਰ ਸੁਰਜੀਤ ਸਿੰਘ ਗੜੀ ਐਡਜੈਕਟਿਵ ਮੈਂਬਰ SGPC, ਜਿਨ੍ਹਾਂ ਨੇ ਪ੍ਰੋਗਰਾਮ ਦੇ ਬਾਰੇ ਕੁਝ ਖਾਸ ਗੱਲਾਂ ਕਹੀਆਂ ਨੇ ਜੋ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਆਪਣਾ ਪੰਜਾਬ ਚੈਨਲ ਨੂੰ ਇੱਥੇ ਇਸ ਪ੍ਰੋਗਰਾਮ 'ਚ GI ਨੂੰ ਆਖਦੇ ਹਾਂ ਜੀ। ਸੋ ਇਸ ਪ੍ਰੋਗਰਾਮ ਦਾ ਮੇਨ ਮੋਟਿਵ ਇਹ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹਾਂ ਅਤੇ ਦਸਤਾਰ ਨਾਲ ਜੋੜਨਾ ਚਾਹੁੰਦੇ ਹਾਂ, ਜਿਹਦੇ ਵਿੱਚ ਅਸੀਂ ਲੰਮੇ ਸਮੇਂ ਤੋਂ ਜਿਹੜੇ ਸਾਡੇ ਦਸਤਾਰ ਕੋਚ ਵੀਰ ਜਿਨ੍ਹਾਂ ਨੂੰ ਅਸੀਂ ਸਪੈਸ਼ਲੀ ਅੱਜ ਸਨਮਾਨਿਤ ਕਰਨਾ, ਮਨਜੀਤ ਸਿੰਘ ਫਿਰੋਜ਼ਪੁਰੀਆ, ਸੁਖਵਿੰਦਰ ਸਿੰਘ ਜੀ, ਗੁਰਵਿੰਦਰ ਸਿੰਘ ਕੰਗ, ਹੋਰ ਮੇਰੇ ਵੀਰ ਬਹੁਤ ਸਾਰੇ ਨੇ, ਜੇ ਮੈਂ ਨਾਮ ਲਵਾਂ ਤਾਂ ਬਹੁਤ ਜ਼ਿਆਦਾ ਹੋ ਜਾਣੇ ਨੇ, ਉਹ ਸਾਰੇ ਤੁਹਾਨੂੰ ਅੱਜ ਇੱਥੇ ਮਿਲਣਗੇ। ਤੁਸੀਂ ਆਪਣੇ ਕੈਮਰੇ ਦੀ ਨਜ਼ਰ ਨਾਲ ਉਹਨਾਂ ਨੂੰ ਸਾਰਿਆਂ ਨੂੰ ਅੱਜ ਦਿਖਾਉਣਾ। ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਤੁਸੀਂ ਮੇਰੇ ਸੀਨੀਅਰ, ਮੇਰੇ ਮਾਮਾ ਜੀ ਸਰਦਾਰ ਸੁਰਜੀਤ ਸਿੰਘ ਜੀ ਜਿਹੜੀ SGPC ਮੈਂਬਰ ਸਾਡੇ ਸਤਿਕਾਰਯੋਗ ਬਾਬਾ ਅਰਜਨ ਸਿੰਘ ਜੀ ਆਲਮਪੁਰ ਕੋਹਲੀ ਤੋਂ ਅਤੇ ਹੋਰ ਮੇਰੇ ਵੀਰ ਪਤਵੰਤੇ ਸੱਜਣ ਬਹੁਤ ਆਏ ਨੇ, ਤੁਸੀਂ ਮੇਰੇ ਹਿਸਾਬ ਨਾਲ ਇਹਨਾਂ ਤੋਂ ਇਸ ਪ੍ਰੋਗਰਾਮ ਬਾਰੇ ਪੁੱਛੋ ਵੀ ਇਹਨਾਂ ਨੂੰ ਕਿੱਦਾਂ ਇਹ ਪ੍ਰੋਗਰਾਮ ਲੱਗ ਰਿਹਾ, ਇੱਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਮੇਰੇ ਹਿਸਾਬ ਨਾਲ। ਸੋ ਮੈਂ SGPC ਨੂੰ ਵੀ ਗੜੀ ਸਾਹਿਬ ਰਾਏ ਬੇਨਤੀ ਕਰਾਂਗਾ ਜਾਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਵੀ ਆਪਣੇ ਇਲਾਕੇ 'ਚ, ਹਰ ਇਲਾਕੇ 'ਚ ਇੱਕ ਇੱਦਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਜਿੱਥੇ ਸਾਰਿਆਂ ਨੂੰ ਮਾਣ ਸਨਮਾਨ ਦਸਤਾਰਾਂ ਵਾਲਿਆਂ ਨੂੰ ਖਾਸ ਕਰਕੇ ਮਿਲਣਾ ਚਾਹੀਦਾ। ਬੜੀ ਵੱਡੀ ਦੇਣ, ਅਸੀਂ ਕਹਿੰਦੇ ਹਾਂ ਨਾ ਕਿ ਸ਼ਾਇਦ ਦਸਤਾਰਾਂ ਕਲਾਕਾਰਾਂ ਕਰਕੇ ਬਣਨ ਲੱਗ ਰਹੇ, ਨਹੀਂ ਇਹ ਸਾਡੀ ਗਲਤ ਫਹਿਮੀ ਹੈ। ਠੀਕ ਹੈ, ਸਾਡੇ ਸਤਿਕਾਰਯੋਗ ਨੇ ਕਲਾਕਾਰ ਵੀਰ ਵੀ ਉਹ ਪ੍ਰਮੋਟ ਕਰਦੇ ਨੇ, ਪਰ ਸਿਖਾਉਂਦੇ ਦਸਤਾਰ ਕੋਚ ਹੀ ਨੇ ਸਾਨੂੰ। ਪਿੰਡਾਂ 'ਚ, ਸ਼ਹਿਰਾਂ 'ਚ ਸਵੇਰੇ ਉੱਠ ਕੇ ਜਾਂਦੇ ਨੇ ਬੰਨਣ, ਆਪਣਾ ਤੇਲ ਫੂਕੇ, ਫ੍ਰੀ ਸੇਵਾ ਕਰਨ ਵਾਲੀਆਂ ਬੜੀਆਂ ਸੰਸਥਾਵਾਂ ਨੇ, ਅੱਜ ਉਹਨਾਂ ਦਾ ਵੀ ਇੱਥੇ ਮਾਣ ਸਨਮਾਨ ਕੀਤਾ ਜਾਏਗਾ। ਮੈਂ ਨਾਮ ਨਹੀਂ ਲਵਾਂਗਾ, ਬੜੇ ਐਵੇਂ ਦੇ ਸਿੰਘ ਨੇ ਜਿਹੜੇ ਪਿੰਡਾਂ ਸ਼ਹਿਰਾਂ 'ਚ ਜਾ ਕੇ ਦਸਤਾਰਾਂ ਸਿਖਾਉਂਦੇ ਨੇ, ਅਤੇ ਮੈਂ ਉਹਨਾਂ ਦੀ ਅਰਦਾਸ ਵੀ ਕਰਾਂਗਾ ਦਿਲੋਂ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਹਮੇਸ਼ਾ ਤੰਦਰੁਸਤੀ ਬਖਸ਼ੇ ਕਿ ਉਹ ਪੰਥ ਦੀ ਸੇਵਾ ਕਰਦੇ ਰਹਿਣ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਪੁੱਛਣਾ ਚਾਹੂੰਗੀ ਕਿ ਜਿਹੜਾ ਇਹ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੂੰਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਜੀਤ ਸਿੰਘ ਗੜੀ, ਮੈਂਬਰ SGPC ਹਲਕਾ ਰਾਜਪੁਰਾ। ਅੱਜ ਜੋ ਦਸਤਾਰੇ ਖਾਲਸਾ ਕਲੱਬ ਵੱਲੋਂ ਰਾਜਪੁਰਾ ਅਤੇ ਕੈਲੀਫੋਰਨੀਆ ਵੱਲੋਂ ਇਹ ਸਮਾਗਮ ਦਸਤਾਰ ਨੂੰ ਪ੍ਰਮੋਟ ਕਰਨ ਲਈ ਕਰਵਾਇਆ ਜਾ ਰਿਹਾ ਹੈ, ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਮੁੱਖ ਪ੍ਰਬੰਧਕ ਸਰਦਾਰ ਲਖਵਿੰਦਰ ਸਿੰਘ ਜੀ USA, ਉਹਨਾਂ ਦੇ ਸਾਰੇ ਸਾਥੀ ਕੰਗ ਸਾਹਿਬ, ਸਰਦਾਰ ਮਨਜੀਤ ਸਿੰਘ ਜੀ, ਗਿੱਲ ਸਾਹਿਬ, ਇਹ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਆਪਣੇ ਵੱਲੋਂ, ਬਾਬਾ ਅਰਜਨ ਸਿੰਘ ਜੀ ਵੱਲੋਂ ਅਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਪਰਮਜੀਤ ਸਿੰਘ ਜੀ ਸਰੋਵਾ ਸਾਹਿਬ ਅਤੇ ਸਾਰੀ ਜਿੰਨੀ ਵੀ ਸਾਡੀ ਰਾਜਪੁਰੇ ਦੀ ਇੱਥੇ ਪੱਗ ਨੂੰ ਪਿਆਰ ਕਰਨ ਵਾਲੇ ਲੋਕ ਨੇ, ਮੈਂ ਉਹਨਾਂ ਸਾਰਿਆਂ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਸ ਤੋਂ ਇਲਾਵਾ ਪਟਿਆਲਾ ਤੋਂ ਗੁਰਿੰਦਰ ਸਿੰਘ ਕਿੰਗ, ਪਰਵਿੰਦਰ ਸਿੰਘ, ਅਮਨਦੀਪ ਸਿੰਘ ਬਾਜਾ ਖਾਨਾ, ਸਿਮਰਨਜੋਤ ਸਿੰਘ ਬਠਿੰਡਾ, ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ USA। ਇਸ ਤੋਂ ਇਲਾਵਾ ਪੰਥ ਦੇ ਮਹਾਨ ਵਿਦਵਾਨਾਂ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ: ਸਰਦਾਰ ਪ੍ਰਭ ਸਿਮਰਨਜੀਤ ਸਿੰਘ ਹੈਡ ਮਾਸਟਰ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਡਾਕਟਰ ਹਰਪ੍ਰੀਤ ਕੌਰ ਖਾਲਸਾ ਸਟੇਜ ਸਕੱਤਰ, ਢਾਡੀ ਜੱਥਾ ਲਾਂਡਰਾਂ ਵਾਲੇ,
ਪੰਜਾਬੀ 뮤직 ਇੰਡਸਟਰੀ ਤੋਂ ਪੰਮਾ ਡੂਮੇਵਾਲ ਨੇ ਵੀ ਇਸ ਦਸਤਾਰ ਮੁਕਾਬਲੇ ਦੇ ਵਿੱਚ ਸ਼ਿਰਕਤ ਕੀਤੀ ਹੈ ਤੇ ਨਾਲ ਹੀ ਦਿਲਜੀਤ ਦੋਸਾਂਝ ਵਰਗੇ ਮਹਾਨ ਕਲਾਕਾਰ ਦੇ ਨਾਲ ਕੰਮ ਕਰ ਰਹੇ ਗੁਰਪ੍ਰਤਾਪ ਸਿੰਘ ਕੰਗ ਵੀ ਪੁੱਜੇ ਨੇ ਜਿਨ੍ਹਾਂ ਨੇ ਸਾਡੀ ਟੀਮ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। ਤੇ ਸਰ ਤੁਹਾਡੇ ਕੀ ਵਿਚਾਰ ਨੇ ਆ ਜਿਹੜਾ ਅੱਜ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਦਸਤਾਰ ਨੂੰ ਲੈ ਕੇ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਤੁਸੀਂ ਦਿਲਜੀਤ ਦੋਸਾਂਝ ਵਰਗੇ ਵੱਡੇ ਵੱਡੇ ਸੈਲੀਬ੍ਰਿਟੀਆਂ ਜਿਹੜੀਆਂ ਦਸਤਾਰਾਂ ਨੇ ਉਹ ਸਜਾਉਂਦੇ ਰਹੇ ਹੋ ਤੇ ਕੀ ਕਹਿਣਾ ਚਾਹੋਗੇ? ਗੁਰਵਿੰਦਰ ਸਿੰਘ ਨੇ ਬੜੇ ਜੋਰ ਨਾਲ ਉਹਨਾਂ ਦੀ ਤਿਆਰੀ ਬਹੁਤ ਵੱਡਾ ਕੰਮ ਹੁੰਦਾ ਹੈ। ਜਿਹੜੇ ਖਾਲਸਾ ਰਾਜਪੁਰਾ ਦੇ ਕੈਲੀਫੋਰਨੀਆ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਲੈਵਲ ਦਾ ਇਹ ਦਸਤਾਰ ਕੰਪੀਟੀਸ਼ਨ ਕਰਾਇਆ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੋਰ ਜਾਗਰੂਕ ਹੋਵੇ ਦਸਤਾਰ ਪ੍ਰਤੀ। ਬੜਾ ਸ਼ੁਕਰ ਹੈ, ਵਧੀਆ, ਐਵੇਂ ਦੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਨੇ। ਇਸ ਮੁਕਾਬਲੇ ਦੇ ਵਿੱਚ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਸਭ ਨੇ ਖੂਬ ਆਨੰਦ ਮਾਣਿਆ। ਨਾਲ ਹੀ ਸਟੇਜ ਤੇ ਭਾਗ ਲੈਣ ਵਾਲੇ ਨੌਜਵਾਨਾਂ ਵੱਲੋਂ ਕੀਤੇ ਪ੍ਰਦਰਸ਼ਨ ਨੇ ਵੀ ਸਭ ਦਾ ਦਿਲ ਜਿੱਤਿਆ। ਇੱਥੇ ਇੱਕ ਹੋਰ ਗੱਲ ਜੋ ਸਿੱਖੀ ਦੀ ਮਿਸਾਲ ਦਿੰਦਾ ਹੈ ਉਹ ਇਹ ਹੈ ਕਿ ਜਿੱਤਣ ਵਾਲਿਆਂ ਨੂੰ ਨਾ ਸਿਰਫ ਇਨਾਮ ਬਲਕਿ ਨਵੀਆਂ ਦਸਤਾਰਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਇਹ ਦਸਤਾਰ ਇੱਕ ਖਾਲਸਾ ਸਮਾਗਮ ਕਾਮਯਾਬੀ ਦੇ ਨਾਲ ਸਿੱਖੀ ਦਾ ਸੰਦੇਸ਼ ਦਿੰਦੇ ਹੋਏ ਨੇਪਰੇ ਚੜਿਆ। ਹੋਰ ਜਾਣਕਾਰੀ ਲੈ ਕੇ ਫਿਰ ਹੋਵਾਂਗੇ ਹਾਜ਼ਰ। ਤੁਸੀਂ ਜੁੜੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇ ਨਾਲ।